Sarve kala.
ਜਿੰਨੀ ਕੁ ਲਿਸਟ ਅਸੀਂ ਅਕਸਰ ਆਪਣੇ ਬੱਚਿਆਂ ਦੀ
ਜੀਵਨ ਦੀ ਉਸਾਰੀ ਲਈ ਬਣਾਉਂਦੇ ਹਾਂ। ਜਿਹੜੀ ਲਿਸਟ ਮੈਂ ਸੋਚ ਰਿਹਾ ਸਾਂ ਬੈਠਾ, ਜਿਹੜੀ ਲਿਸਟ ਬੱਚੀ ਨੇ ਬਿਆਨ ਕੀਤੀ ਹੈ, ਉਹਦੇ ਵਿੱਚ ਤਾਂ ਕੋਈ ਵੀ ਉਹ ਲਫ਼ਜ਼ ਨਹੀਂ। ਅਸੀਂ ਮੰਗਦੇ ਹਾਂ ਲੰਬੀ ਉਮਰ ਹੋਵੇ, ਅਸੀਂ ਮੰਗਦੇ ਹਾਂ ਪੜ੍ਹ ਲਿਖ ਕੇ ਵਿਦਵਾਨ ਬਣੇ, ਅਸੀਂ ਮੰਗਦੇ ਹਾਂ ਇਹਦੇ ਘਰ ਧਨ ਦੀ ਦੌਲਤ ਦੀ ਕੋਈ ਘਾਟ ਨਾ ਰਹੇ। ਬੜੀ ਲੰਬੀ ਲਿਸਟ ਹੁੰਦੀ ਹੈ, ਬੱਚੀ ਤੇ ਜਨਮ ਤੇ ਜਿਹੜੀ ਲਿਸਟ ਬੀਬਾ ਰਮਨੀਕ ਨੇ ਗੁਰੂ ਅੱਗੇ ਰੱਖੀ ਹੈ, ਉਹਦੇ ਵਿੱਚ ਕੋਈ ਵੀ ਇਹ ਗੱਲ ਨਹੀਂ। ਕਹਿ ਰਹੀ ਸੀ ਜਿਸ ਅੰਮ੍ਰਿਤ ਸਭ ਹੋਏ ਸਭ ਤਿਲ ਵਿਖਨਾਸੇ ਪੁੱਤਰੀ ਹੋ, ਸੋ ਹਰ ਹਰ ਤੂੰ ਸਭ ਹੀ ਜਾਪੋ ਜਨ ਕਰ। ਅੱਗੇ ਜਾ ਕੇ ਅਸੀਂ ਇਸ ਤੋਂ ਵੱਡੀ ਲਾਈਨ ਤੋਂ ਬਾਅਦ ਆਖਰੀ ਸੀ ਨਿਮਖ ਨਾ ਮਿਸਰੋ ਤੁਮ ਕੋ ਹਰ ਹਰ, ਤੈਨੂੰ ਰੱਬ ਚੇਤੇ ਆਵੇ ਸਦਾ ਬਹਜੋ ਜਗਦੀਸ਼। ਅੱਗੇ ਆਖਰੀ ਸੀ ਸਤਿਗੁਰੂ ਤੁਮ ਕੋ ਹੋਏ ਦਿਆਲਾ, ਗੁਰੂ ਤੇਰੇ ਤੇ ਦਿਆਲ ਹੋਵੇ। ਕਮੀ ਉਸਨੇ ਵੀ ਕੋਈ ਨਹੀਂ ਛੱਡੀ, ਉਹਨੇ ਵੇਖਿਆ ਵੀ ਬਜਾਏ ਇਸ ਗੱਲ ਦੇ ਇੱਕ ਇੱਕ ਚੀਜ਼ ਮੰਗਾਂ, ਇੱਕ ਇੱਕ ਚੀਜ਼ ਮੰਗਾਂ, ਸੁਖੀ ਰਹੇ ਇਹਦੇ ਘਰ ਕੋਈ ਕਮੀ ਨਾ ਹੋਵੇ, ਇੱਕ ਇੱਕ ਇਹਦੇ ਨਾਲੋਂ ਚੰਗਾ ਨਹੀਂ ਵੀ ਖਜ਼ਾਨਾ ਹੀ ਮੰਗ ਲਾ। ਬੜੀ ਸਿਆਣੀ ਖਜ਼ਾਨਾ ਹੀ ਮੰਗ ਲਿਆ ਤੇ ਮੰਗ ਲਿਆ ਸਤਿਗੁਰੂ ਤੁਮ ਕੋ ਹੋਏ ਦਿਆਲਾ, ਇਹ ਖਜ਼ਾਨਾ। ਗੁਰੂ ਦੀ ਦਿਆਲਤਾ ਵਿੱਚ ਖਜ਼ਾਨਾ ਹੈ। ਰੋਜ਼ ਪੜ੍ਹਨੇ ਆ ਸਤਿਗੁਰੂ ਹੋਏ ਦਿਆਲ ਕਸਮ ਦਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਨਾ ਕਬੂ ਜ਼ਰੂਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ, ਸਾਰੀਆਂ ਖੁਸ਼ੀਆਂ ਮਾਣੀਏ। ਹੈ ਖਜ਼ਾਨਾ ਮੰਗ ਲਿਆ ਜਦੋਂ ਇਹ ਆਖ ਦਿੱਤਾ ਨਾ ਸਤਿਗੁਰੂ ਤੁਮ ਕੋ ਹੋਏ ਦਿਆਲ। ਕਾਸ਼ ਕਦੇ ਦੁਨੀਆਂ ਦੇ ਲੋਕ ਸਮਝਣ ਕਿ ਗੁਰੂ ਦੀ ਦਿਆਲਤਾ ਵਿੱਚ ਕੀ ਹੈ। ਗੁਰੂ ਜਦੋਂ ਦਿਆਲ ਹੁੰਦਾ ਹੈ ਤਾਂ ਸੁਮਤ ਦਿੰਦਾ ਹੈ, ਉਹਨੂੰ ਅਸੀਂ ਗੁਰਮਤ ਆਖਦੇ ਹਾਂ। ਸੁਮਤ ਦਿੰਦਾ
ਕਿ ਸੁਮਤ ਵਾਲਾ ਜੀਵਨ ਜਿਹੜਾ ਜੀਵਨ ਦੇ ਹਰ ਪਹਿਲੂ ਵਿੱਚ ਸਫਲ ਹੁੰਦਾ ਹੈ। ਸ਼ਬਦ ਰਾਗ ਗੁਜਰੀ ਵਿੱਚ ਸੁਣਾ ਰਹੀ ਸੀ, ਸ਼ਬਦ ਵੀ ਰਾਗ ਗੁਜਰੀ ਦਾ ਸੀ। ਮੇਰਾ ਵੀ ਦਿਲ ਕੀਤਾ ਮੈਂ ਰਾਗ ਗੁਜਰੀ ਵਿੱਚ ਹੀ ਸ਼ਬਦ ਦਾ, ਮੈਂ ਹੈਰਾਨ ਹੋਇਆ। ਸ੍ਰੀ ਗੁਰੂ ਸਾਹਿਬ ਅੰਦਰ ਰਾਗ ਗੁਜਰੀ ਦਾ ਜ਼ਿਕਰ ਆਇਆ, ਕਿਉਂਕਿ ਗੁਜਰੀ ਇੱਕ ਰਾਗ ਨਹੀਂ ਹੈ, ਗੁਰੂ ਨੇ ਨਾਮ ਲੈ ਕੇ ਜ਼ਿਕਰ ਕੀਤਾ। ਉਹਨਾਂ ਦੇ ਪਿੱਛੇ ਵੀ ਕੁਛ ਲਪਾ ਛੱਡੇ, ਕਹਿੰਦੇ ਨੇ ਰਾਗ ਨਾਲ ਪਿਆਰ ਹੋਣ ਕਰਕੇ ਸ੍ਰੀ ਰਮਣੀਕ ਨੇ ਬੱਚਿਆਂ ਦੇ ਨਾਮ ਹੀ ਉਹ ਜਿਹੇ ਰੱਖੇ ਨੇ। ਬੇਟੇ ਦਾ ਨਾਂ ਰੱਖਿਆ ਬਲਹਾਰ, ਅਤੇ ਜਿਸ ਬੱਚੀ ਕੋਲੋਂ ਹੁਣੇ ਤੁਸੀਂ ਸ਼ਬਦ ਸੁਣਿਆ ਨਾ, ਬੱਚੀ ਦਾ ਨਾਂ ਰੱਖਿਆ ਰਾਗਨੀ। ਪਰ ਮੇਰੀ ਰਾਗਣੀ ਨਹੀਂ, ਇਹਦਾ ਪਿਛੋਕੜ ਸਮਝ ਲੈ। ਇਸ ਗੱਲ ਦਾ, ਇਸ ਸ਼ਬਦ ਦਾ ਭਾਵ ਦੱਸਦੇ ਆ। ਪ੍ਰੋਫੈਸਰ ਸਾਹਿਬ ਸਿੰਘ ਨੇ ਦੂਜਾ ਲਫ਼ਜ਼ ਵੀ ਨਾਲ ਇੱਕ ਐਗਜ਼ਾਮਪਲ ਵਜੋਂ ਵਰਤ ਦਿੱਤਾ। ਉੱਥੇ ਚੰਦਰਾਵਲੀ ਦਾ ਉਦਾਹਰਣ ਵੀ ਦੇ ਦਿੱਤਾ, ਕਿਉਂ? ਕਿਉਂਕਿ ਗਵਾਲਿਆਂ ਦੀ ਲੜਕੀ ਹੈ। ਗੁੱਜਰ ਜਿੱਥੇ ਗੁਜਰੀ ਰਾਗ ਦਾ ਮਸਲਾ ਹੈ, ਰਾਗ ਨਹੀਂ ਉੱਥੇ ਹੈ, ਲੇਕਿਨ ਗੁਰਬਾਣੀ ਵਿੱਚ ਤੋਂ ਬਹੁਤ ਸਾਰੀਆਂ ਗੱਲਾਂ ਨਾਲ ਸਮਝ ਲੈਂਦੇ। ਗੁੱਜਰ ਇੱਕ ਜ਼ਾਤ ਹੈ, ਉਹ ਪਸ਼ੂ ਪਾਲਣ ਦਾ ਕੰਮ ਕਰਦੇ ਨੇ, ਦੁੱਧ ਘਿਓ ਵੇਚਦੇ ਨੇ। ਬਜ਼ੁਰਗਾਂ ਨੂੰ ਯਾਦ ਹੋਵੇਗਾ, ਪੁਰਾਣੇ ਸਮੇਂ ਅੰਦਰ ਸ਼ਹਿਰਾਂ ਵਿੱਚ ਪਿੰਡਾਂ ਤੋਂ ਗੁੱਜਰ ਤੇ ਗੁਜਰੀਆਂ, ਉਹਨਾਂ ਦੇ ਘਰ ਵਾਲੀਆਂ ਨੂੰ ਗੁਜਰੀ ਆਖਦੇ ਸਨ, ਬੱਚੀਆਂ ਨੂੰ ਗੁਜਰੀ ਆਖਦੇ। ਸਿਰ ਤੇ ਘਿਓ ਦੇ ਬਰਤਨ ਚੁੱਕੇ ਹੋਣੇ ਤੇ ਸ਼ਹਿਰਾਂ ਵਿੱਚ ਵੇਚਣਾ, ਉਹਨਾਂ ਕਹਿੰਦੇ ਸਨ ਗੁੱਜਰ ਆਇਆ। ਲੋਕ ਵਿਸ਼ਵਾਸ ਕਰਦੇ ਸਨ ਵੀ ਗੁੱਜਰ ਕਿਉਂਕਿ ਵੇਚਣ ਆਇਆ, ਇਹਦੇ ਘਰ ਦਾ ਘਿਓ ਹੈ, ਇਸ ਲਈ ਘਿਓ ਬੜਾ ਸ਼ੁੱਧ ਹੋਵੇ। ਸਾਫ਼ ਸੋ ਗੁੱਜਰ ਗਵਾਲਿਆਂ ਦੀ ਇੱਕ ਜ਼ਾਤ ਹੈ,
देखूंगा पल तो चंद्रावल भी क्योंकि ग्वालियर की बच्ची सी इसलिए गुजरी का अर्थ करन लग्या ਆਵਤ ਕਰਨ ਲੱਗਿਆ ਪ੍ਰੋਫੈਸਰ ਸਾਹਿਬ ਸਿੰਘ ਨੇ ਚੰਦਰਾਵਲੀ ਦਾ ਨਾਮ ਵੀ ਲੈ ਦਿੱਤਾ ਗੁਜਰਾਂ ਦੀ ਬੱਚੀ ਪਰ ਨਾਲ ਇੱਕ ਗੱਲ ਜਿਹੜੀ ਗੁਰਬਾਣੀ ਅੰਦਰ ਆ ਗਈ ਉਸਨੇ ਹੋਰ ਸਪਸ਼ਟ ਕੀਤਾ ਕਹਿਣ ਲੱਗੇ ਪਸ਼ੂ ਪਾਲਣ ਕਰਕੇ ਪਸ਼ੂਆਂ ਦੀ ਚਾਰਗਾਹ ਵਿੱਚ ਅਕੰਪਿਤ ਘਰ ਵਾਲੀਆਂ ਵੀ ਪਸ਼ੂ ਚਾਰਨ ਜਾਂਦੀਆਂ ਸਨ ਪਸ਼ੂ ਪਾਲਣ ਕਰਕੇ ਉਹਨਾਂ ਦੀ ਜਾਤ ਨੂੰ ਕੋਈ ਬਹੁਤੀ ਮਹਾਨਤਾ ਨਹੀਂ ਸੀ ਨੀਵੀਂ ਜਾਤ ਵਿੱਚ ਮੰਨਿਆ ਗਿਆ ਗੁਰਬਾਣੀ ਅੰਦਰ ਵੀ ਆ ਗਿਆ ਗੁਜਰੀ ਜਾਤ ਗਵਾਰ ਰਾਗ ਗੁਜਰੀ ਵਿੱਚ ਹੀ ਇਹ ਸ਼ਬਦ ਵਾਰ ਵਿੱਚ ਹੁਣ ਦੇਖਣਾ ਇਹ ਕਿ ਜਾਤ ਗਵਾਰ ਵਿਅਕਤੀਗਤ ਜਾਤ ਦਾ ਮਸਲਾ ਹੈ ਜੇ ਵਿਅਕਤੀਗਤ ਜਾਤ ਦਾ ਮਸਲਾ ਹੋਵੇ ਤੇ ਰਾਗ ਗੁਜਰੀ ਵਿੱਚ ਇਹ ਸ਼ਬਦ ਕਿਉਂ ਆਵੇ ਰਾਗ ਗੁਜਰੀ ਵਿੱਚ ਇਹ ਸ਼ਬਦ ਗੁਜਰੀ ਕੀ ਵਾਰ ਦਾ ਸ਼ਬਦ ਇਹਦਾ ਮਤਲਬ ਕੁਛ ਰਾਗ ਨਾਲ ਵੀ ਸਰਾਗਣੀ ਨਾਲ ਵੀ ਸੰਬੰਧ ਹੈ ਤਾਂ ਹੀ ਗੁਜਰੀ ਜਾਤ ਗਵਾਰ ਸ਼ਬਦ ਜਿਹੜਾ ਹੈ ਉਹ ਗੁਜਰੀ ਰਾਗ ਵਿੱਚ ਹੀ ਲਿਖਿਆ ਇਹ ਠੀਕ ਹੈ ਗੁਜਰ ਵਿੱਚ ਗੁਜਰਾਂ ਦੀ ਜਾਤ ਵਿੱਚ ਜਿਹੜੀਆਂ ਤ੍ਰੀਮਤ ਹੁੰਦੀਆਂ ਸਨ ਤ੍ਰਿਆ ਹੁੰਦੀਆਂ ਸਨ ਬੱਚੀਆਂ ਬੀਬੀਆਂ ਹੁੰਦੀਆਂ ਸਨ ਉਹਨਾਂ ਨੂੰ ਗੁਜਰੀਆਂ ਆਖਦੇ ਸਨ ਇੱਥੇ ਲਫ਼ਜ਼ ਆਏ ਗੁਜਰੀ ਜਾਤ ਗੁਮਾਰ ਪਰ ਜਿਹੜਾ ਭਾਵ ਹੈ ਨਾ ਜਿਹੜੀ ਪ੍ਰੇਰਨਾ ਹੈ ਜਿੱਧਰ ਇਸ਼ਾਰਾ ਹੈ ਉਹ ਬੜਾ ਡੂੰਘਾ ਹੈ ਕਹਿਣ ਲੱਗੇ ਗੁਜਰੀ ਜਾਤ ਜਿਹੜੀ ਹੈ ਉਹ ਬਹੁਤ ਹੀ ਮਹਾਨ ਧੰਨ ਰੱਖਣੀ ਪਰ ਜਿਸ ਦਿਨ ਜਾਂ ਸੋ ਪਾਏ ਆਪਣਾ ਜਦੋਂ ਉਹ ਗੁਰੂ ਸ਼ਬਦ ਦੀ ਵਿਚਾਰ ਦੇ ਕਾਰਨ ਵਿਚਾਰ ਵਿੱਚ ਜਾ ਕੇ ਹਰੀ ਦੇ ਜਾਪ ਜਪਣ ਵਿੱਚ ਲੱਗ ਗਈ ਕੁਛ ਬਦਲ ਗਿਆ ਗੁਜਰੀ ਜਾਤ ਗਵਾਰ ਅੱਜ ਉਹ ਗੁਜਰੀ ਰਾਗਨੀ ਦੇ ਰੂਪ ਵਿੱਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਰੂਪ ਹੋ ਬੈਠੀ ਬਦਲ ਗਿਆ ਕੁਛ ਸਤਿਗੁਰੂ ਦੇ ਦਿਆਲਤਾ ਦਾ ਇੱਕ ਕ੍ਰਿਸ਼ਮਾ ਹੈ ਅਗਲੀ ਲੈਣ ਰੱਖੀ ਨੇ ਕਹਿਣ ਲੱਗੇ ਗੁਜਰੀ ਜਾਤ ਗਵਾਰ ਜਾਸੋ ਪਾਏ ਆਪਣਾ ਗੁਰ ਸ਼ਬਦ ਗੁਰ ਕੇ ਸ਼ਬਦ ਵਿਚਾਰ ਹਰ ਹਰ
ਹਰ ਹਰ ਹਰ ਜਪ ਜਾਪਣਾ। ਜਦੋਂ ਗੁਰੂ ਸ਼ਬਦ ਦੀ ਵਿਚਾਰ ਨਾਲ ਪ੍ਰਭੂ ਦੇ ਗੁਣ ਗਾਇਨ ਵਿੱਚ ਇਹ ਗੁਜਰੀ ਰਾਗਨੀ ਬਣ ਕੇ ਲੱਗ ਗਈ, ਕੋਈ ਕਹਾਣੀ ਹੋ ਗਈ। ਅਗਲੇ ਪਾਸੇ ਕਹਿਣ ਲੱਗੇ, ਅੱਗੇ ਜਾ ਕੇ ਪੈ ਪਏ ਹੈ, ਮਲ ਕੱਟੀਏ, ਨਿਰਮਲ ਹੋਵੇ ਸਰੀਰ, ਆਤਮ ਪ੍ਰਕਾਸ਼ ਮਤ ਉੱਤਮ ਹੋਵੇ। ਜਦੋਂ ਗੁਰੂ ਸ਼ਬਦ ਨਾਲ ਗੁਜਰੀ ਜੁੜਦੀ ਹੈ, ਜੇ ਗੁਰੂ ਸ਼ਬਦ ਨਾਲ ਕਿਸੇ ਜ਼ਾਤ ਵਿੱਚ ਗੁਜਰਾਂ ਦੇ ਪਰਿਵਾਰ ਵਿੱਚ ਪੈਦਾ ਹੋਈ ਹੋਈ ਗੁਜਰੀ ਜੁੜ ਜਾਏ, ਉਹ ਮਹਾਨ ਹੈ। ਕਿਸੇ ਰਾਗ ਦੇ ਰੂਪ ਵਿੱਚ ਰਾਗਣੀ ਬਣ ਕੇ ਜੁੜ ਜਾਏ ਗੁਰੂ ਸ਼ਬਦ ਵਿੱਚ, ਉਹ ਵੀ ਮਹਾਨ ਹੈ। ਇਸੇ ਲਈ ਮੈਂ ਹੈਰਾਨ ਹੋਇਆ ਵੀ ਗੱਲ ਜਾਤ ਦੀ ਕਰ ਰਹੇ ਨੇ, ਮਨੁੱਖ ਨੂੰ ਭੁਲੇਖਾ ਪੈਣ ਲੱਗ ਪੈਂਦਾ ਕਿਸੇ ਵਿਅਕਤੀ ਦੀ ਗੱਲ। ਉਸ ਰਾਗਣੀ ਵਿੱਚ ਕਰ ਰਹੇ ਨੇ ਜਿਸਦਾ ਰਾਗਣੀ ਦਾ ਨਾਂ ਹੀ ਗੁਜਰੀ ਹੈ, ਜਿਸ ਰਾਗਣੀ ਦਾ ਨਾਂ ਗੁਜਰੀ ਹੈ। ਪਰ ਇਹ ਜਿਵੇਂ ਜਾਤ ਗਵਾਰ ਮਹਾਨ ਹੋ ਜਾਂਦੀ ਹੈ ਗੁਰੂ ਸ਼ਬਦ ਨਾਲ ਜੁੜ ਕੇ, ਇਸੇ ਤਰ੍ਹਾਂ ਗੁਜਰੀ ਰਾਗਣੀ ਮਹਾਨ ਹੋ ਜਾਂਦੀ ਹੈ ਗੁਰੂ ਸ਼ਬਦ ਨਾਲ ਜੁੜ ਕੇ। ਜੇ ਗੁਰੂ ਸ਼ਬਦ ਨਾ ਇਸ ਰਾਗਣੀ ਵਿੱਚ ਗਾਇਆ ਜਾਂਦਾ, ਜੇ ਗੁਰੂ ਸ਼ਬਦ ਇਸ ਰਾਗਣੀ ਨੇ ਆਪਣੇ ਅੰਦਰ ਨਾ ਸਮੋਇਆ ਹੁੰਦਾ, ਤਾਂ ਸੰਸਾਰ ਅੰਦਰ ਰਾਗਣੀ ਗਾਉਣ ਵਾਲੇ ਬੜੇ ਸਨ। ਰਾਜਿਆਂ ਮਹਾਰਾਜਿਆਂ ਦੇ ਦਰਬਾਰਾਂ ਵਿੱਚ ਜਿੱਥੇ ਬਾਕੀ ਰਾਗ ਗਾਏ ਜਾਂਦੇ ਸਨ, ਗੁਜਰੀ ਵੀ ਗਾਈ ਜਾਂਦੀ ਹੋਵੇਗੀ। ਪਰ ਅੱਜ ਉਹ ਗੁਜਰੀ ਰਾਗਣੀ ਦੇ ਰੂਪ ਵਿੱਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆ ਗਈ ਤੇ ਗੁਰੂ ਸ਼ਬਦ ਨਾਲ ਜੁੜ ਗਈ, ਗੁਰੂ ਸ਼ਬਦ ਨਾਲ ਜੁੜ ਗਈ, ਹੁਣ ਅਸੀਂ ਆਉਂਦੇ ਹਾਂ ਸਤਿਕਾਰ ਨਾਲ ਨਮਸਕਾਰ ਕਰਦੇ ਹਾਂ, ਨਮਸਕਾਰ ਕਰਦੇ ਹਾਂ, ਉੱਥੇ ਵੇਖਦੇ ਹਾਂ ਰਾਗ ਗੁਜਰੀ ਵੀ ਲਿਖਿਆ ਹੋਇਆ। ਉਸੇ ਰਾਗ ਗੁਜਰੀ ਵਿੱਚੋਂ ਸ਼ਬਦ ਵੀ ਪੜ੍ਹਨੇ, ਤੇ ਜਦੋਂ ਅਸੀਂ ਇਹ ਆਖਦੇ ਹਾਂ ਨਾ ਗੁਜਰੀ ਜਾਤ ਗਵਾਰ ਜਾਂ ਸੋ ਪਾਏ ਆਪਣਾ, ਉਦੋਂ ਪਤਾ ਲੱਗਦਾ ਹੈ ਕੋਈ ਨੀਵਾਂ ਅਖਵਾਉਣ ਵਾਲਾ, ਕੋਈ ਦੁਨੀਆਂ ਅੰਦਰ ਅਪਮਾਨੀ ਪੁਰਸ਼ ਜਿਹੜਾ, ਜੇ ਉਹ ਵੀ ਗੁਰੂ ਸ਼ਬਦ ਨਾਲ ਜੁੜ ਜਾਏ ਤਾਂ ਕਿੱਡਾ ਮਹਾਨ ਹੋ ਜਾਂਦਾ ਹੈ। ਤੇ ਇਹੋ ਗੱਲ ਸਤਿਗੁਰੂ ਨੇ ਇਸ ਸ਼ਬਦ ਵਿੱਚ, ਜਿਹੜਾ ਇਹ ਸ਼ਬਦ ਵੀ ਗੁਜਰੀ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉੱਥੇ ਲਫ਼ਜ਼ ਵਰਤ ਉੱਤੇ ਆਖਿਆ ਸਰਦਾ ਪੂਰੀਏ
ਸਤਿਗੁਰ ਹੋਏ ਦਿਆਲ ਤਾਂ ਸੁਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ, ਸਤਿਗੁਰ ਹੋਏ ਦਿਆਲ ਤਾਂ ਜਮ ਆਪਣੀ ਅਸੀਸ ਵਿੱਚ ਦੁਨੀਆ ਦੀ ਕੋਈ ਚੀਜ਼ ਨਹੀਂ ਮੰਗੀ ਬੱਚਿਆਂ ਵਾਸਤੇ, ਮੰਗਿਆ ਕੀ? ਸੋ ਹਰ ਹਰ ਤੁਮ ਸਭ ਹੀ ਜਾਪੋ, ਮੰਗਿਆ ਕਿ ਨਿਮਖ ਨਾ ਵਿਸਰੋ ਤੁਮਕੋ ਹਰ ਹਰ, ਮੰਗਿਆ ਸਦਾ ਭਜੋ ਜਗਦੀਸ਼, ਮੰਗਿਆ ਕਿ ਸਤਿਗੁਰ ਤੁਮਕੋ ਹੋਏ ਦਿਆਲਾ, ਮੰਗਿਆ ਹੈ ਸੰਤ ਸੰਗ ਤੇਰੀ ਪ੍ਰੀਤ, ਭਲੇ ਪੁਰਸ਼ਾਂ ਨਾਲ ਤੇਰੀ ਸਾਂਝ ਬਣਾਵੇ, ਕਾਪੜ ਪੱਤ ਪਰਮੇਸ਼ਰ ਰੱਖੇ, ਸੋਹਣੇ ਕੱਪੜੇ ਨਹੀਂ ਮੰਗੇ, ਸੋਹਣੇ ਸੂਟ ਨਹੀਂ ਮੰਗੇ, ਉਹ ਪੱਤ ਉਹ ਪੜਦਾ ਜਿਹੜਾ ਪਰਮੇਸ਼ਵਰ ਰੱਖੇ, ਕਾਪੜ ਪੱਤ ਪਰਮੇਸ਼ਵਰ ਰੱਖੇ, ਭੋਜਨ ਕੀਰਤਨ ਨੀਤ, ਤਰ੍ਹਾਂ ਤਰ੍ਹਾਂ ਦੇ ਭੋਜਨ ਨਹੀਂ ਮੰਗੇ, ਭੋਜਨ ਕੀਰਤਨ ਨੀਤ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਡਾਇਰੈਕਟ ਨਹੀਂ ਆਖਿਆ ਤੂੰ ਜੀਵਦਾ ਰਹਿ ਤੇਰੀ ਲੰਬੀ ਉਮਰ ਹੋਵੇ, ਤੂੰ ਚਿਰੰਜੀਵ ਹੋਵੇ, ਗੱਲ ਦੇ ਵਿੱਚ ਇੱਕ ਸ਼ਰਤ ਰੱਖ ਦਿੱਤੀ ਉਹ ਕਿ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਤਾਂ ਤੇਰੀ ਅੰਮ੍ਰਿਤ ਨਾਲ ਸਾਂਝ ਬਣ ਆਵੇ ਤਾਂ ਕਿ ਤੂੰ ਜੀਵਦਾ ਰਹਿ। ਅਧੀਨ ਗੱਲ ਗੁਰਬਾਣੀ ਵਿੱਚੋਂ ਇਹੋ ਗੱਲਾਂ ਹੀ ਮੇਰਾ ਸਮਝ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਬ ਹੈ ਨਾ ਵਿਆਪੇ ਚਿੰਤਾ, ਭਗਤ ਤੁਮਾਰਾ ਇਹ ਮਨ ਹੋਵੋ, ਮਨ ਭਗੜਾ ਬਣ ਜਾਏ। ਮਨ ਤੇਰਾ ਭਵਰਾ ਹੋ ਗਿਆ, ਹਰੀ ਦੇ ਚਰਨ ਮਨ ਨੂੰ ਕਮਲ ਫੁੱਲ ਹੋ ਗਿਆ, ਜਿਵੇਂ ਭਵਰਾ ਕਮਲ ਫੁੱਲ ਬਿਨਾ ਨਹੀਂ ਰਹਿ ਸਕਦਾ, ਆਪਣੀ ਅਤੁੱਟ ਸਾਂਝ ਕਾਇਮ ਕਰ ਲੈਂਦਾ, ਉਹਦੇ ਵਿੱਚ ਹੀ ਆਪਣਾ ਜੀਵਨ ਸਮਿਲਿਤ ਕਰ ਦਿੰਦਾ, ਭਵਰ ਲੋਭੀ ਕੁਸੁਮ ਬਾਸਕਾ ਮਿਲ ਆਪ ਬੰਧਾਵੇ, ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋ ਪੌਲਾ। ਤੇ ਨਾਨਕ ਦਾਸ ਮੈਂ ਬੇਨਤੀ ਤੈ ਹੋਇਆ ਮੰਗ ਤੈ ਹੋਈ, ਨਾਨਕ ਦਾਸ ਕੁਣ ਸੰਗ ਲਪਟਾਇਓ, ਜਿਉਂ ਬੂੰਦੈ ਚਾਤ੍ਰਿਕ
ਮੌਲਾ ਜਿਵੇਂ ਚਾਤਰਿਕ ਦਾ ਬੂੰਦ ਨਾਲ ਪਿਆਰ ਹੈ, ਉਹੋ ਹੀ ਉਹਦਾ ਜੀਵਨ ਹੈ। ਜਿੰਨੀ ਦੇਰ ਉਹਨੂੰ ਸਵਾਤੀ ਬੂੰਦ ਨਾ ਮਿਲੇ, ਉਹ ਪ੍ਰਿਓ 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 ਕਰਦਾ ਰਹਿੰਦਾ ਹੈ ਜੀਵਨ ਦੀ ਸਾਜ। ਸੋਚ ਰਿਹਾ ਸਾਂ ਸਭ ਕੁਛ ਤਾਂ ਪਰਮਾਰਥ ਦਾ ਮੰਗ ਲਿਆ, ਪਦਾਰਥ ਦਾ ਤਾਂ ਮੰਗਿਆ ਹੀ ਕੁਝ ਨਹੀਂ। ਆਪਣੇ ਬੱਚਿਆਂ ਲਈ ਪਦਾਰਥ ਮੰਗਦੀ ਹੈ, ਪਰ ਪਦਾਰਥ ਨਹੀਂ ਮੰਗਿਆ, ਸਭ ਕੁਝ ਪਰਮਾਰਥ ਦਾ ਹੀ ਮੰਗ ਲਿਆ। ਮਨ ਸੋਚ ਰਿਹਾ ਸਾਂ ਆ ਜਿਹੜੀ ਇੱਕ ਗੱਲ ਵਿੱਚੋਂ ਆਖਦੇ ਤੈਨੂੰ ਸਤਿਗੁਰੂ ਤੁਮਕੋ ਹੋਏ ਦਿਆ ਦਾ, ਸਾਰੀ ਸਫਲਤਾ ਤਾਂ ਇਹਦੇ ਵਿੱਚ ਖੜੀ, ਕਿਉਂਕਿ ਗੁਰੂ ਮਤ ਗੁਰੂ ਗਿਆਨ ਹੈ, ਗੁਰੂ ਮੰਜ਼ਲ ਦਿਖਾਉਣ ਵਾਲਾ ਹੈ। ਇੱਕ ਵਾਰ ਬਿਲਾਸ ਨਾਲ ਇੱਕ ਗੱਲ ਕਹੀ ਸੀ, ਕਈਆਂ ਨੂੰ ਚੰਗੀ ਨਹੀਂ ਵੀ ਲੱਗੀ ਉਹ। ਮੈਂ ਆਖਿਆ ਸੀ ਗੁਰੂ ਬਿਲਕੁਲ ਸੁੱਖ ਨਹੀਂ ਦਿੰਦਾ, ਤੇ ਸਰੋਤੇ ਹੈਰਾਨ ਸਨ ਇਹਨੇ ਕੀ ਕਹਿ ਦਿੱਤਾ। ਮੈਂ ਆਖਿਆ ਸੀ ਗੁਰੂ ਬਿਲਕੁਲ ਸੁੱਖ ਨਹੀਂ ਜੇ ਦਿੰਦਾ, ਇਹਨੂੰ ਆਸ ਰੱਖੀ ਫਿਰੇ ਹੋ। ਤੇ ਅੱਗੇ ਜਾ ਕੇ ਆਖਿਆ ਗੁਰੂ ਸੁੱਖ ਦੇ ਕੇ, ਸਿੱਧਾ ਸੁੱਖ ਦੇ ਕੇ ਮਨੁੱਖ ਨੂੰ ਵਿਹਲੜ ਨਹੀਂ ਬਣਾਉਣਾ ਚਾਹੁੰਦਾ, ਵਿਹਲੜ ਨਹੀਂ ਬਣਾਉਣਾ ਚਾਹੁੰਦੇ ਸੁੱਖ ਦੇ ਲਈ। ਇਹ ਐਵੇਂ ਸੁੱਖ ਪਿਆ ਦਿਨ ਰਾਤ ਜੋ ਮਨੁੱਖ ਜੋ ਕੁਛ ਕਰ ਰਿਹਾ ਉਹ ਸੁੱਖਾਂ ਲਈ ਤੇ ਕਰ ਰਿਹਾ। ਜਿੰਨਾ ਮਨੁੱਖ ਦਾ ਉਦਮ ਹੈ ਸਾਰਾ ਸੁੱਖ ਦੀ ਢੂੰਡ ਲਈ ਹੈ, ਤੇ ਜੇ ਗੁਰੂ ਸਿੱਧਾ ਸੁੱਖ ਦੇ ਦੇਵੇ ਫਿਰ ਉਹਨੂੰ ਕੁਛ ਕਰਨ ਦੀ ਲੋੜ ਹੀ ਨਹੀਂ, ਵਿਹਲਾ ਹੋ ਗਿਆ ਵਿਹਲਾ ਹੋ ਗਿਆ। ਇਹਦਾ ਮਤਲਬ ਗੁਰੂ ਨੇ ਇੱਕ ਵਿਹਲੜ ਪੈਦਾ ਕਰ ਲਿਆ, ਨਾ ਕੁਛ ਨਾ ਕਰੇ, ਇੱਕੋ ਹੀ ਆਸ ਰੱਖੇ ਗੁਰੂ ਸੁੱਖ ਦੇ ਦੇਵੇਗਾ। ਬਿਲਾਸ ਕੀਤੀ ਸੀ ਸੁਭਾਵਿਕ ਬਿਲਾਸ ਨਾਲ ਕਿ ਗੁਰੂ ਸੁੱਖ ਨਹੀਂ ਦਿੰਦਾ, ਹਾਂ ਸੁੱਖ ਦਾ ਰਾਹ ਦੱਸਦਾ ਹੈ, ਸੁੱਖ ਦੀ ਮੰਜ਼ਿਲ ਦਾ ਰਾਹ ਦੱਸਦਾ ਹੈ। ਆ ਜੀਵਨ ਦਾ ਸਫ਼ਰ ਕਰ ਲੈ, ਇਹੋ ਤੁਰਿਆ ਜਾ, ਇਹਦਾ ਨਾ ਹੀ ਸੁਮਤ ਹੈ, ਇਹਦਾ ਨਾ ਹੀ ਗੁਰਮਤ ਹੈ, ਇਸ ਰਾਹ ਤੁਰਿਆ ਜਾ। ਦੁਨੀਆਂ ਦੇ ਸਾਰੇ ਪਦਾਰਥ, ਦੁਨੀਆਂ ਦੇ ਸਾਰੇ ਸੁੱਖ ਤੇਰੇ ਕਦਮਾਂ ਵਿੱਚ ਆ ਜਾਣਗੇ। ਸਤਿਗੁਰ ਤੁਮਕੋ ਹੋਏ ਦਇਆ ਨਾਲ, ਬਸ ਗੁਰੂ ਦੀ ਦਇਆਲਤਾ ਦੀ ਲੋੜ ਇੱਥੇ ਹੈ। ਹੇ ਸਤਿਗੁਰੂ ਤੂੰ ਮੈਨੂੰ ਆਪਣੇ ਉਪਦੇਸ਼, ਆਪਣੀ ਸਿੱਖਿਆ, ਆਪਣੀ ਜੀਵਨ ਸ਼ੈਲੀ ਨਾਲ ਜੋੜ ਕੇ ਰੱਖ, ਇਹੋ ਹੀ ਅਰਦਾਸ ਕਰਨੀ ਹੈ ਬੱਚਿਆਂ ਦੇ। ਤੂੰ ਮੈਨੂੰ ਆਪਣੀ ਜੀਵਨ ਸ਼ੈਲੀ ਨਾਲ ਜੋੜ ਕੇ ਰੱਖ, ਤੇ ਜੇ ਮੈਂ ਤੇਰੇ ਕਹਿ ਹੋਏ ਬਚਨਾਂ ਅਨੁਸਾਰ ਜੀਵਨ ਅਪਣਾ ਲਵਾਂਗਾ ਤਾਂ ਦੁਨੀਆਂ ਦਾ ਕੋਈ ਪਦਾਰਥ ਨਹੀਂ ਜਿਹੜਾ ਮੈਨੂੰ ਢੂੰਡਣ ਜਾਣਾ ਪਏਗਾ, ਸਾਰੇ ਪਦਾਰਥ ਆ ਜਾਣਗੇ। Thank you.
ਰਾਹ ਦੱਸੇ
ਗੁਰੂ ਨੇ ਬਾਣੀ ਵਿੱਚ ਉੱਥੇ ਕਹਿੰਦੇ ਰਾਹ ਪਾਧਰ ਗੁਰ ਦੱਸੇ। ਗੁਰੂ ਜਿਹੜਾ ਪੱਧਰੇ ਰਾਹ ਦੱਸਦਾ ਹੈ, ਮਨੁੱਖ ਨੂੰ ਖੱਡਾਂ ਤੇ ਪਹਾੜਾਂ ਵਿੱਚ ਵਿਖੜੇ ਰਾਹਾਂ ਤੇ ਨਹੀਂ ਪਾਉਂਦਾ, ਵਿਖੜੇ ਤਾਂ ਲੰਘਾਵੇ ਮੇਰਾ ਸਤਿਗੁਰੂ। ਰਾਹ ਪਾਧਰ ਗੁਰ ਦੱਸੇ, ਗੁਰੂ ਪੱਧਰੇ ਰਾਹ ਦੱਸਦਾ। ਸੁਖਾਲਾ ਜੀਵਨ ਬਤਾਏ, ਤੈਨੂੰ ਮੰਜ਼ਲਾਂ ਸੌਖੀਆਂ ਮਿਲਣ, ਆਸਾਨੀ ਨਾਲ ਜੀਵਨ ਮੰਜ਼ਲ ਪ੍ਰਾਪਤ ਕਰ ਸਕਦੇ। ਇਹਨਾਂ ਸ਼ਬਦਾਂ ਨਾਲ ਕਿਵਾਂਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ।